ਸਤਿ ਸ਼੍ਰੀ ਅਕਾਲ ਜੀ, ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ, ਯਾਨੀ ਕਿ ਅੱਜ ਪੁਲਿਸ 'ਚ ਭਰਤੀ ਹੋਈ ਸਲੋਨੀ ਸਰੀਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਆਓ ਜੀ, ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਥਾਣੇ ਗੱਲਾਂ ਵਿਦ ਗੁਲਾਬੋ ਦੇ ਵਿੱਚ। ਅਤੇ ਅੱਜ ਤੁਹਾਨੂੰ ਪਤਾ ਹੀ ਆ ਵੀ ਗੱਲਾਂ ਕੀ ਕਰਨੀਆਂ ਆ, ਨਹੀਂ ਤਾਂ ਪੰਜਾਬ ਪੁਲਿਸ ਗੱਲਾਂ ਕਰਾ ਲਊਗੀ ਤੁਹਾਡੇ ਤੋਂ। ਚਲੋ ਜੀ, ਚਲੋ ਲਓ ਜੀ, ਸਾਡਾ ਨੰਬਰ 3472521232, ਅਤੇ ਜਿਹਨੇ ਜਿਹਨੇ ਕਾਲ ਨਹੀਂ ਕੀਤੀ ਨਾ, ਸਿੱਧਾ ਹਵਾਲਾ 'ਚ, ਪਤਾ ਨਾ ਫਿਰ ਕਿੱਦਾਂ ਪੜੇ ਪੈਂਦੇ ਆ। ਅਤੇ ਮੈਨੂੰ ਇਹ ਦੱਸੋ ਵੀ ਤੁਸੀਂ ਕਹਿੰਦੇ ਹੋ ਵੀ ਪੰਜਾਬ ਪੁਲਿਸ ਤੁਹਾਨੂੰ ਸ਼ਿਕਾਇਤਾਂ ਬੜੀਆਂ ਆ, ਮੂੰਹ 'ਤੇ ਕਦੀ ਗੱਲ ਨਹੀਂ ਕਰਦੇ ਤੁਸੀਂ, ਪਿੱਠ ਪਿੱਛੇ ਸਾਡੀਆਂ ਚੁਗਲੀਆਂ ਕਰਦੇ ਹੋ। ਚਲੋ ਅੱਜ ਫਿਰ ਪਿੱਠ ਪਿੱਛੇ ਨਹੀਂ ਕਰਨੀ, ਅੱਜ ਮੂੰਹ 'ਤੇ ਪਤਾ ਲੱਗੂ ਵੀ ਪੰਜਾਬ ਪੁਲਿਸ ਕੀ ਕਰਦੀ ਆ। ਅਤੇ ਦੱਸਣਾ ਕਿੰਨੇ ਆ ਤੁਸੀਂ, ਕਿਉਂਕਿ ਸਾਨੂੰ ਤਾਂ ਪਤਾ ਹੀ ਆਪਾਂ ਕੀ ਕਰੀਦਾ ਆ। ਕਈ ਵਾਰ ਤਾਂ ਆਪਾਂ ਨਾਕੇ 'ਤੇ ਗੱਡੀ ਫੜ ਲਈਦੀ ਆ, ਪਿੱਛੇ ਜੀ ਮੇਰੇ ਸਰ ਨੇ ਫੜੀ ਗੱਡੀ, ਅਤੇ ਗੱਡੀ ਦੇ ਅੱਗੇ ਕੀ ਲਿਖਾਇਆ ਸੀਗਾ, ਗਜਰੇ ਗੋਰੀ ਦੇ। ਅਤੇ ਮੇਰੇ ਜਨਾਬ ਕਹਿੰਦੇ ਮਹਾਰਾਜ ਆਪਣੇ ਨੇ ਕਿ ਚੋਰੀ ਦੇ, ਅਤੇ ਉਹਨੇ ਪਿੱਛੇ ਕੀ ਲਿਖਾਇਆ ਸੀ ਭਲਾ, ਉਹ ਮੈਨੂੰ ਆਪ ਨਹੀਂ ਪਤਾ, ਆਹੀ ਕਿਹੜਾ ਬਹੁਤੇ ਪੜ੍ਹੇ ਲਿਖੇ ਹੁੰਦੇ ਆ। ਮੈਨੂੰ ਕਿਸੇ ਦਿਨ ਕਿਸੇ ਨੇ ਪੁੱਛ ਲਿਆ, ਕਹਿੰਦੇ ਜਨਾਬ ਤੁਸੀਂ ਪੜ੍ਹੇ ਲਿਖੇ ਨਹੀਂ ਹੁੰਦੇ, ਚਾਹੇ ਚਲਾਣ ਕਿੱਦਾਂ ਕੱਟਦੇ ਹੋ। ਉਹ ਮੈਂ ਕਿਹਾ ਜਿਹਦਾ ਕੱਟੀਦਾ ਆ ਉਹਦੇ ਕੋਲ ਹੀ ਭਰਾਲੀਦਾ ਆ। ਅਤੇ ਕਹਿੰਦੇ ਮਹਾਰਾਜ ਕਦੀ ਕੋਈ ਗਲਤੀ ਗੁਲਤੀ ਹੋਈ ਹੋਏ, ਉਹ ਮੈਂ ਕਿਹਾ ਕਈ ਵਾਰ ਹੋ ਜਾਂਦੀ ਆ, ਉਹ ਬੰਦਾ ਕਈ ਵਾਰ ਸਾਡੀ ਗੱਡੀ ਦਾ ਨੰਬਰ ਹੀ ਲਿਖ ਜਾਂਦਾ, ਅਤੇ ਫਿਰ ਆਪ ਹੀ ਥਾਣੇ ਦੇ ਮੂਹਰੇ ਜਾ ਕੇ ਨਾ ਆਪਣੀ ਗੱਡੀ ਦਾ ਚਲਾਣ ਕਟਾਉਣ ਦੇ ਹੋਏਦਾ ਆ। ਅਤੇ ਇੱਦਾਂ ਸਾਡੇ ਨਾਲ ਮਾੜੀ ਹੁੰਦੀ ਆ, ਅਤੇ ਆਪਣੇ ਜਿਹੜੇ ਕਾਲਰ ਆ ਨਾ ਉਹਨੂੰ ਪੁੱਛਦੇ ਆ ਜੀ ਵੀ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ ਹੈਲੋ, ਉਹ ਬੋਲਦੇ ਕਿ ਬੁਲਾਵਾਂ, ਹੈਲੋ ਹੈਲੋ। ਉਹ ਇਹ ਤਾਂ ਬਈ ਜੀ ਸਾਡੇ ਵੀ ਸਰ ਨਿਕਲੇ, ਜਨਾਬ ਜਨਾਬ ਤੁਹਾਡੀ ਡਿਊਟੀ ਕਿੱਥੇ ਲੱਗੀ ਸੀ ਇੰਨੇ ਦਿਨਾਂ ਤੋਂ? ਪੰਜਾਬ ਪੁਲਿਸ ਸਮਾਈਲ ਵੀ ਕਰਦੀ ਆ ਓਏ, ਬੜਾ ਸਲੂਟ ਵਧੀਆ ਮਾਰ ਰਹੇ ਹੋ ਤੁਸੀਂ ਬਾਈ। ਉਹ ਕਿੱਥੇ ਜਨਾਬ, ਤੁਹਾਡੇ ਸਾਹਮਣੇ ਪਤਾ ਨਹੀਂ ਲੱਗਦਾ ਸਲੂਟ ਕਿੱਦਾਂ ਮਾਰਨਾ। ਜਨਾਬ ਮੈਨੂੰ ਦੱਸੋ ਤੁਹਾਡੀ ਡਿਊਟੀ ਕਿੱਥੇ ਲੱਗੀ ਸੀ ਇੰਨੇ ਦਿਨ ਤੋਂ, ਤੁਸੀਂ ਮਿਲੇ ਨਹੀਂ ਥਾਣੇ। ਮੇਰੀ ਡਿਊਟੀ ਲੱਗੀ ਮੁਕਤਸਰ। ਮੁਕਤਸਰ ਲੱਗੀ? ਤੇ ਜਨਾਬ ਇੱਥੇ ਡਿਊਟੀ ਕਿਹਨੇ ਦੇਣੀ ਸੀਗੀ? ਨਾ ਫੋਨ ਕਰਦੇ ਤੁਸੀਂ, ਹਾਂਜੀ ਤੁਹਾਨੂੰ ਲਾਤਾ ਨਾ ਡਿਊਟੀ ਤੇ, ਅੱਜ ਤੁਹਾਨੂੰ ਇੱਥੇ ਲਾਤਾ। ਜਨਾਬ ਫੋਨ ਵੀ ਨਹੀਂ ਕਰਦੇ ਨਾ ਤੁਸੀਂ? ਨਹੀਂ ਫੋਨ ਤੇ ਟਾਈਮ ਨਹੀਂ ਨਾ ਲੱਗਾ। ਜਨਾਬ ਮੋਬਾਈਲ ਤੁਸੀਂ ਬੰਦ ਕੀਤਾ ਪਿਆ ਸੀਗਾ। ਅੱਛਾ, ਤੁਹਾਨੂੰ ਕਿੱਦਾਂ ਪਤਾ ਲੱਗਾ? ਸਭ ਪਤਾ ਜਨਾਬ, ਸਾਨੂੰ ਐਵੇਂ ਪੰਜਾਬ ਪੁਲਿਸ ਚ ਭਰਤੀ ਹੋ ਗਏ ਆਪਾਂ। ਅੱਛਾ ਨਹੀਂ ਜਨਾਬ, ਸਲਾਮ ਤਾਂ ਮੈਂ ਤੁਹਾਨੂੰ ਕਰਤੀ, ਮੈਨੂੰ ਦੱਸੋ ਮਸਲਾ ਕੀ ਅੱਜ ਦਾ? ਮਸਲਾ ਪੰਜਾਬ ਪੁਲਿਸ ਦਾ ਹੀ ਹੈ ਜਿਹੜਾ ਤੁਸੀਂ ਵਰਦੀ ਪਾ ਕੇ ਆਏ ਹੋ। ਹਾਂਜੀ, ਆ ਜਨਾਬ ਟੋਪੀ ਤੁਹਾਡੀ ਆ। ਅੱਛਾ ਅੱਛਾ ਅੱਛਾ, ਠੀਕ ਹੈ। ਤੇ ਦੱਸੋ ਜਨਾਬ ਕੋਈ ਕਾਰਵਾਈ ਕਰੀਏ? ਕਰਨੀ ਚਾਹੀਦੀ ਆ ਕਾਰਵਾਈ, ਤੇ ਪੁਲਿਸ ਵਾਲੇ ਤਾਂ ਵੇਲ ਨਹੀਂ ਰਹਿ ਸਕਦੇ ਕਾਰਵਾਈ ਦੇ ਬਿਨਾਂ, ਖਾਣਾ ਕਿੱਥੋਂ ਆ। ਗੱਲ ਤਾਂ ਸਹੀ ਹੈ ਜਨਾਬ, ਤੁਸੀਂ ਛੁੱਟੀਆਂ ਲੈ ਕਿੱਥੇ ਗਏ ਜਨਾਬ? ਮੈਂ ਤੇ ਮੁਕਤਸਰ ਗਿਆ ਸੀ, ਹੁਣੀ ਆਇਆ ਮੁਕਤਸਰ ਤੋਂ। ਅੱਛਾ, ਤੇ ਉੱਥੇ ਕੀ ਕਾਰਵਾਈ ਕਰਕੇ ਆਏ ਹੋ? ਉੱਥੇ ਬਸ ਬਲੈਕੀ ਬਲੂਕੀ ਨੂੰ ਕਾਬੂ ਕੀਤਾ ਆ। ਅੱਛਾ, ਤੇ ਜਨਾਬ ਤੁਹਾਡਾ ਨਾਮ ਜਿਹੜਾ ਆ ਉਹ ਅੱਧਾ ਅੱਧਾ ਹੋਊਗਾ ਸਾਡੇ, ਮਤਲਬ ਕਿੱਦਾਂ? ਜਨਾਬ ਵੇਲੋ ਲੋਕਾਂ ਨੂੰ ਸੜ ਤੋਂ ਸ਼ਿਕਾਇਤ, ਮੈਨੂੰ ਥੋੜ ਤੋਂ ਸ਼ਿਕਾਇਤ, ਤੁਸੀਂ ਫੋਨ ਫੋਨ ਲਾ ਲਿਆ ਕਰੋ ਸਾਨੂੰ, ਠੀਕ ਹੈ ਜਨਾਬ? ਹੁਣ ਤੁਸੀਂ ਫੋਨ ਲਾਇਆ, ਹੁਣ ਅਗਲਾ ਫੋਨ ਵੀ ਆ ਗਿਆ, ਪਰ ਫੋਨ ਜੁੜ ਲਾਇਆ ਕਰੋ ਜਨਾਬ ਸਾਨੂੰ। ਫੋਨ ਤੇ ਲਾਇਆ ਕਰਾਂਗੇ, ਫਿਰ ਬਿਜੀ ਥੋੜਾ ਚੱਲ ਰਿਹਾ ਸੀ ਨਾ ਕੰਮ। ਕਿੱਦਾਂ ਜਨਾਬ, ਕੋਈ ਚੱਕਰ ਨਹੀਂ, ਬਿਜੀ ਰਹਿਣਾ ਚਾਹੀਦਾ, ਪੰਜਾਬ ਪੁਲਿਸ ਬਿਜੀ ਨਹੀਂ ਰਹੂਗੀ ਤਾਂ ਕੌਣ ਬਿਜੀ ਰਹੂਗਾ ਜਨਾਬ? ਆ ਜਨਾਬ ਤੁਸੀਂ ਫੋਨ ਕੱਟਤਾ, ਜਨਾਬ ਤੁਸੀਂ ਫੋਨ ਜ਼ਰੂਰ ਕਰਿਆ ਕਰੋ, ਮੈਂ ਅਗਲੇ ਫੋਨ ਨੂੰ ਸੁਣ ਲਿਆ ਇੱਕ ਵਾਰੀ ਅਗਲਾ ਮੁਜਰਿਮ ਕੀ ਕਹਿੰਦਾ ਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਪੰਜਾਬ ਪੁਲਿਸ ਜੀ, ਊਂ ਤਾਂ ਤੁਹਾਡੇ ਪੈਰਾਂ 'ਚ ਹੀ ਸਤਿ ਸ਼੍ਰੀ ਅਕਾਲ ਮਾਰਨੀ ਚਾਹੀਦੀ, ਜਿਵੇਂ ਤੁਸੀਂ ਬੋਲਦੇ ਹੁੰਦੇ ਆ। ਖੜ ਜਾ ਓਏ, ਖੜ ਜਾ ਓਏ, ਗੱਲ ਸੁਣ ਓਏ, ਗੱਲ ਸੁਣ ਓਏ, ਆ ਸਭ ਪਤਾ ਆ ਤੁਹਾਨੂੰ, ਹੈ ਓਵੇਂ ਹੀ ਫਿਰ ਤੁਹਾਨੂੰ ਕਹਿੰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਹਾਂਜੀ ਹਾਂਜੀ, ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ? ਚੰਗਾ ਮਾੜਾ ਕਹੀ ਜਾਂਦੇ ਸਾਡੇ ਬਾਰੇ, ਅੱਜ ਪਤਾ ਲਾਈਏ ਵੀ ਕੀ ਚੱਕਰ ਆ। ਅੱਛਾ,
ਤੇ ਕੰਮ ਵੀ ਤਾਂ ਆਪਾਂ ਹੀ ਕਰੀਦਾ ਆ। ਕੰਮ ਤੁਸੀਂ ਬੜਾ ਕਰਦੇ ਹੋ, ਨਾਕਾ ਲੱਗ ਕੇ ਲੋਕਾਂ ਦੀ ਰੋਕ ਰੋਕ ਪੈਸੇ ਫੜ ਫੜ ਜੇਬ ਚ ਪਾਈ ਜਾਂਦੇ, ਇਹ ਕੋਈ ਕੰਮ ਹੈ? ਸੀਟ ਬੈਲਟਾਂ ਨਹੀਂ ਲਾਓਗੇ ਤਾਂ ਨਾਕਾ ਤੇ ਫਿਰ ਆਪਾਂ ਫੜਨਾ ਤੁਹਾਨੂੰ? ਦੱਸੋ, ਜਿੱਥੇ ਕੋਈ ਮਸਲਾ ਹੁੰਦਾ ਉੱਥੇ ਪੰਜਾਬ ਪੁਲਿਸ ਜਾਂਦੀ ਨੀ? ਪਾ ਲੇ ਟੋਪੀ, ਲਾ ਲਈ ਪੱਗ, ਬੰਨ ਲਈ, ਉਦੋਂ ਪੰਜਾਬ ਪੁਲਿਸ ਇਹੋ ਜਿਹਾ ਕੁਛ ਕਰੀ ਜਾਂਦੀ ਆ ਵੀ ਲੇਟ ਹੋ ਜਾਈਏ, ਵੇਲੇ ਸਿਰ ਪਹੁੰਚ ਨਾ ਸਕੀਏ, ਚੋਰ ਚੱਕੇ ਨਿਕਲ ਜਾਣ। ਉਹ ਸਾਡੀ ਡਿਊਟੀ ਦਾ ਟਾਈਮ ਜਿੰਨੇ ਵਜੇ ਹੋਊਗਾ ਉਨੇ ਵਜੇ ਪਹੁੰਚਾਂਗੇ। ਦੱਸੋ, ਰੋਟੀ ਪਾਣੀ ਤਾਂ ਖਾਣੀ ਹੁੰਦੀ ਬੰਦੇ ਨੇ? ਦੱਸੋ ਤੁਸੀਂ, ਰੋਟੀ ਪਾਣੀ ਖਾਣ ਨੂੰ ਉੱਥੇ ਕਿਤੇ ਮਲੱਖ ਥੋੜੀ ਹੈ, ਅੱਧੇ ਬਾਕੀ ਚਲੇ ਜਾਣ, ਪਰ ਤੁਸੀਂ ਬਹਾਨੇ ਬਹਾਨੇ ਲੱਭਦੇ ਰਹਿੰਦੇ ਹੋ। ਉਹ ਬਹਾਨੇ ਨਹੀਂ ਹੁੰਦੇ, ਆ ਕੀ ਆ, ਆਪਾਂ ਬਿਜੀ ਰਹੀਦਾ ਆ, ਕਦੀ ਕਿਤੇ ਕੇਸ ਆ ਗਿਆ, ਕਦੀ ਕਿਤੇ ਮੁਜਰਿਮ ਫੜਨ ਚੱਲ ਜਾਈਦਾ ਆ, ਚੋਰੀ ਡਕੈਤੀ ਇੰਨੀ ਹੋ ਰਹੀ ਆ, ਪੁਲਿਸ ਵਾਲੇ ਕੀ ਕਰਨ, ਕਿੱਥੇ ਕਿੱਥੇ ਨੂੰ ਵਗ ਜਾਣ, ਮੈਨੂੰ ਦੱਸੋ। ਨਾਲੇ ਤੁਸੀਂ ਕਹਿੰਦੇ ਸਾਨੂੰ ਮੋਟੀ ਰਕਮ ਮਿਲਦੀ ਆ, ਫਿਰ ਉੱਥੇ ਤਾਂ ਜਾਂਦੇ ਹੋ ਤੁਸੀਂ ਛਾਲਾਂ ਮਾਰਦੇ। ਰੋਟੀ ਵੇਖੋ ਜੀ, ਸਾਡਾ ਤਾਂ ਜਿਹੜੀ ਆ ਪੋਸਟ ਆ ਨਾ, ਰੋਟੀ ਦੇ ਹਿਸਾਬ ਨਾਲ ਆ, ਜਿਹਦਾ ਢਿੱਡ ਜ਼ਿਆਦਾ ਵੱਡਾ ਉਹਦੀ ਪੋਸਟ ਜ਼ਿਆਦਾ ਵੱਡੀ ਆ। ਮੇਰਾ ਢਿੱਡ ਵੇਖ ਕੇ ਛੋਟੀ ਪੋਸਟ ਦੇ ਦਿੱਤੀ, ਮੈਨੂੰ ਨੁਕਸਾਨ ਹੋ ਗਿਆ। ਤੁਹਾਡਾ ਢਿੱਡ ਵੱਡਾ ਕਾਹਤੋਂ ਨਹੀਂ ਹੋਇਆ? ਉਹ ਹਾਲੇ ਨਵੀਂ ਨਵੀਂ ਪੋਸਟਿੰਗ ਹੋਈ ਆ ਨਾ, ਮੇਰੀ ਨਵੀਂ ਨਵੀਂ ਜੁਆਇਨਿੰਗ ਹੋਈ ਆ ਮੇਰੀ, ਤਾਂ ਹੁਣ ਹੀ ਦੇਖੀਓ ਕਿੱਦਾਂ ਸਤਾਰੇ ਲੱਗਦੇ, ਕਿੱਦਾਂ ਢਿੱਡ ਵੱਡਦੇ ਹੈ ਕਿ ਨਹੀਂ। ਆਹ ਤਾਂ ਮੇਰੀ ਤਾਂ ਹਾਲੇ ਸੋਟੀ ਵੀ ਛੋਟੀ ਆ, ਆਹ ਵੇਖਿਓ ਜਿੱਦਾਂ ਪੋਸਟ ਵਧੀ ਨਾ, ਅਤੇ ਉੱਦਾਂ ਹੀ ਸੋਟੀ ਵੱਧ ਜਾਣੀ, ਵੇਖੀਓ ਫਿਰ ਕਿੱਦਾਂ ਲੰਬੀ ਹੋ ਜਾਂਦੀ ਸਾਡੀ ਸੋਟੀ। ਆ ਮੇਰੀ ਹਾਈਟ ਦੇ ਹਿਸਾਬ ਨਾਲ ਦਿੱਤੀ ਉਹਨਾਂ ਨੇ ਹਾਲੇ। ਇਹ ਤਾਂ ਹੈ ਜੀ, ਚਲੋ ਫਿਰ ਜਦੋਂ ਅਸੀਂ ਇੰਡੀਆ ਆਏ ਉਦੋਂ ਥੋੜ੍ਹਾ ਜਿਹਾ ਸਾਡਾ ਖਿਆਲ ਰੱਖਿਓ। ਆਓ ਜਿਹੜਾ ਤੁਸੀਂ ਪੰਜਾਬ ਨੂੰ, ਤੁਹਾਨੂੰ ਦੱਸਦੇ ਹਾਂ ਅਗਲੇ ਮੁਜਰਿਮ ਨੂੰ ਫੜਦੇ ਹਾਂ ਜੀ। ਹੈਲੋ, ਉਹ ਬੋਲਦੇ ਕਿ ਨਹੀਂ ਜਨਾਬ? ਉਹ ਪੁੱਤਰੀ, ਉਹ ਜਨਾਬ, ਸਤਿ ਸ੍ਰੀ ਅਕਾਲ ਜੀ, ਸਲਾਮ ਆ ਜੀ, ਹਾਂਜੀ, ਸਤਿ ਸ੍ਰੀ ਅਕਾਲ ਜੀ, ਹਾਂਜੀ ਹਾਂਜੀ, ਸਲੂਟ ਆ ਜੀ ਤੁਹਾਨੂੰ। ਉਹ ਬੋਲੀ ਜਾਂਦਾ ਮੈਂ ਤਾਂ ਕੁੜੀਏ, ਕਿੱਦਾਂ ਮੈਂ ਬੋਲੀ ਜਾਂਦਾ, ਮੈਂ ਕਿਹਾ ਮੈਂ ਜਨਾਬ ਸਮਝੀ ਨੀ ਤੁਹਾਨੂੰ ਕੀ ਕਹਿੰਦੇ। ਹਾਂ ਸਲੂਟ ਨਾਲ ਨੀ, ਸਲੂਟ ਤਾਂ ਤੁਹਾਨੂੰ ਆ ਪੁਲਿਸ ਵਾਲਿਆਂ ਨੂੰ। ਹਾਂਜੀ ਜੀ, ਕੰਮ ਵਧੀਆ ਕਰੀਦੇ ਜੀ ਆਪਾਂ। ਹਾਂਜੀ ਹਾਂਜੀ ਕੁੜੀਏ, ਅੱਜ ਤੂੰ ਬੜੀ ਵਰਦੀ ਸੋਹਣੀ ਲੱਗਦੀਆਂ। ਹਾਂਜੀ ਜਨਾਬ, ਜਨਾਬ ਤਾਂ ਹੀ ਤਾਂ ਮੇਰੀ ਜਿਹੜੀ ਜੁਆਇਨਿੰਗ ਆ ਉਹ ਹੋਈ, ਕਹਿੰਦੇ ਸੋਹਣੀ ਬਾਲੀ ਆ, ਤੇ ਪੰਜਾਬ ਪੁਲਿਸ ਸੋਹਣੇ ਬੰਦੇ ਘੱਟ ਆ, ਤੇ ਮੇਰੀ ਪੋਸਟਿੰਗ ਜਿਹੜੀ ਆ ਉਹ ਵਧੀਆ ਜਗ੍ਹਾ ਹੋਈ ਨਾਲੇ। ਚਲੋ ਬੇਟਾ ਬੇਟਾ, ਬਹੁਤ ਵਧੀਆ ਲੱਗਦਾ, ਮੈਂ ਤਾਂ ਉਦਾਂ ਕਰਦਾ ਹੀ ਨਾ ਫੋਨ, ਤਾਂ ਕਰ ਲਿਆ ਤਾਂ ਠੀਕ ਆ। ਨਹੀਂ ਜਨਾਬ ਕਰਿਆ ਕਰੋ, ਨਾਲੇ ਮੈਨੂੰ ਦੱਸੋ ਤੁਹਾਨੂੰ ਕੋਈ ਸ਼ਿਕਾਇਤ ਹੈਗੀ ਸਾਡੇ ਤੋਂ? ਨਹੀਂ ਕੋਈ ਸ਼ਿਕਾਇਤ ਨਹੀਂ ਪੁੱਤਰੇ ਬੇਟਾ। ਉਹ ਜਨਾਬ ਤੁਸੀਂ ਆਪਣਾ ਨਾਂ ਦੱਸੋ, ਤੁਹਾਨੂੰ ਸਾਡੇ ਤੋਂ ਸ਼ਿਕਾਇਤ ਨਹੀਂ ਹੈਗੀ? ਮੈਂ ਟੋਰਾਂਟੋ ਤੋਂ ਬੋਲਦਾ, ਬਿਕਰਮ ਸਿੰਘ। ਉਹ ਬਿਕਰਮ ਸਿੰਘ ਜੀ, ਤੁਹਾਨੂੰ ਸਲੂਟ ਹੈ ਜੀ, ਤੁਹਾਨੂੰ ਸਾਡੇ ਤੋਂ ਸ਼ਿਕਾਇਤ ਹੀ ਕੋਈ ਨਹੀਂ ਹੈਗੀ? ਨਹੀਂ ਬਈ ਕੋਈ ਸ਼ਿਕਾਇਤ ਨਹੀਂ। ਆ ਤਾਂ ਕਮਾਲ ਹੀ ਹੋ ਗਈ ਜਨਾਬ, ਆ ਤਾਂ ਕਮਾਲ ਹੀ ਹੋ ਗਈ, ਮੈਂ ਤਾਂ ਕਹਿੰਦੀ ਆ ਵੀ ਤੁਹਾਨੂੰ ਮੈਡਲ ਦੇਣਾ ਚਾਹੀਦਾ, ਤੁਹਾਨੂੰ ਸਾਡੇ ਤੋਂ ਸ਼ਿਕਾਇਤ ਹੀ ਕੋਈ, ਕਮਾਲ ਹੋ ਗਈ ਜਨਾਬ। ਸਾਡੇ ਕੋਲ ਇੱਕ ਮੁਜਰਿਮ ਆਇਆ, ਫੜ ਲਈਏ। ਚੱਲ ਬੇਟਾ ਠੀਕ ਆ, ਮੈਂ ਤਾਂ ਕਹਿੰਦਾ ਵਧੀਆ ਪ੍ਰੋਗਰਾਮ ਚੱਲਦਾ ਰਹੇ ਤੁਹਾਡਾ। ਏਦਾਂ ਹੀ ਆ ਜਨਾਬ, ਰੋਟੀ ਪਾਣੀ ਚੱਲਣਾ ਚਾਹੀਦਾ ਜਨਾਬ। ਸਤਿ ਸ਼੍ਰੀ ਅਕਾਲ ਜੀ, ਅਗਲੇ ਮੁਜਰਿਮ ਨੂੰ ਫੜਦੇ ਹਾਂ ਜੀ। ਹੈਲੋ ਹੈਲੋ ਜੀ, ਆ ਟੀ ਵੀ ਦੀ ਆਵਾਜ਼ ਕੱਟ ਨਹੀਂ ਕਰਦੇ, ਚਲੋ ਅੰਦਰ, ਤੁਹਾਡੇ ਤਾਂ ਕੇਸ ਪੈ ਗਿਆ ਜੀ, ਟੀ ਵੀ ਦੀ ਆਵਾਜ਼ ਨਹੀਂ ਕੱਟ ਕੀਤੀ ਤੁਸੀਂ, ਹੁਣ ਦੱਸੋ ਹੁਣ ਕਿੱਥੇ ਜਾਂਦੇ ਨੇ। ਹੈਲੋ, ਅੱਛਾ ਬੋਲਦੇ ਕਿ ਨਹੀਂ ਬੋਲਦੇ, ਪੰਜਾਬ ਪੁਲਿਸ ਨੂੰ ਬੁਲਾਉਣਾ ਆਉਂਦਾ ਆ? ਪੰਜਾਬ ਪੁਲਿਸ ਵਾਲੇ ਚਿੱਟਾ ਕਿੱਥੇ ਵੇਚੀ ਜਾਂਦੇ ਆ? ਸਲਾਮ ਆ ਜੀ, ਤੁਹਾਨੂੰ ਵੀ ਸਲੂਟ ਆ ਜੀ। ਸਲੂਟ ਤਾਂ ਬਹੁਤ ਕਰਦੇ ਆ ਤੁਸੀਂ, ਮੈਂ ਤਾਂ ਚਿੱਟਾ ਕਿੱਥੇ ਕਿਹੜੀ ਕਿਹੜੀ ਜਗ੍ਹਾ ਵੇਚੀ ਜਾਂਦੇ ਪੰਜਾਬ ਪੁਲਿਸ? ਚਿੱਟਾ? ਹਾਂ ਯਾਰ, ਨਸ਼ਾ ਪਤਾ ਕਿੱਦਾਂ ਬਾਈ ਜੀ, ਮੈਂ ਸਮਝੀ ਨਹੀਂ ਜੀ ਕਿੱਦਾਂ ਕਹਿੰਦੇ। ਮੈਂ ਪੰਜਾਬ ਫਿਰ ਜਿਹੜਾ ਹੱਥ ਹੁੰਦਾ ਪੁਲਿਸ ਚਿੱਟਾ ਵੇਚਣ ਵਾਸਤੇ, ਕਿੱਥੇ ਕਿੱਥੇ ਵੇਚੀ ਜਾਂਦੇ ਆ? ਉਹ ਬਾਈ ਇਹ ਤਾਂ ਫਿਰ ਜੀ ਅੰਦਰ ਦੀ ਗੱਲ ਆ ਜੀ, ਵੀ ਤੁਸੀਂ ਤਾਂ ਸ਼ਰਿਆਮ ਪੁੱਛੀ ਜਾਂਦੇ ਬਾਈ ਜੀ ਸਾਨੂੰ, ਇਹ ਤਾਂ ਫਿਰ ਗਲਤ ਹੋ ਜੂ ਜੀ। ਸ਼ਰਿਆਮ ਦੱਸਣਾ ਪੈਂਦਾ ਨਾ, ਤੁਸੀਂ ਆਪਣੀ ਆਪ ਹੀ ਵੇਚਦੇ ਤੇ ਆਪ ਹੀ ਫੜੀ ਜਾਂਦੇ ਆ। ਤੁਹਾਨੂੰ ਕਿੱਦਾਂ ਪਤਾ ਜੀ, ਤੁਸੀਂ ਮੁਲਾਜ਼ਮ ਹੋ ਜੀ? ਇਹ ਮੁਲਾਜ਼ਮ ਤਾਂ ਉੱਤੋਂ ਹੀ ਹੈ, ਅਸੀਂ ਤਾਂ ਸੀ ਏ ਡੀ ਦੇ ਬੰਦੇ ਹਾਂ। ਇਹ ਤਾਂ ਜੀ ਗੜਬੜ ਹੋ ਗਈ ਜੀ, ਆ ਇੱਦਾਂ ਕਰਦੇ ਹਾਂ ਜੀ ਵੀ ਕੀ ਕਰੀਏ ਜੀ, ਬਾਈ ਜੀ ਤੁਸੀਂ ਤਾਂ ਸ਼ਰਿਆ ਵੀ ਪੁੱਛ ਲਿਆ ਸਾਨੂੰ, ਮਤਲਬ ਆਹ ਵੀ ਆ ਮਾੜਾ ਮੋਟਾ ਵੇਚ ਬੂਚ ਲਈਦਾ ਜੀ, ਰੋਟੀ ਪਾਣੀ ਚੱਲਣਾ ਚਾਹੀਦਾ ਬਸ, ਤਾਂ ਹੀ ਆ। ਠੀਕ ਹੈ ਜੀ, ਫਿਰ ਤਾਂ ਵਧੀਆ ਗੱਲ ਹੈ ਜੀ, ਰੋਟੀ ਪਾਣੀ ਚਲਾਓ, ਰੋਟੀ ਪਾਣੀ ਚੱਲਣਾ ਚਾਹੀਦਾ ਜੀ। ਮਾਰੋ ਨਹੀਂ ਲੋਕਾਂ ਨੂੰ ਫੋਟੋ ਮਾਰੋ, ਮੈਂ ਕਿਹਾ ਭਾਈ ਨਸ਼ਾ ਵੇਚ ਕੇ। ਉਹ ਨਹੀਂ ਜੀ ਨਹੀਂ, ਮੈਂ ਜਦੋਂ ਦੀ ਭਰਤੀ ਹੋਈ ਆ ਨਾ, ਮੈਂ ਵੇਖਦੀ ਕਿੱਦਾਂ ਵਿਕਦਾ ਚਿੱਟਾ ਹੈ ਕਿ ਨਹੀਂ। ਓਕੇ ਜੀ, ਹੁਣ ਲੈ ਲਓ, ਓਕੇ ਇੱਕ ਦਿਨ।
ਕਾਲ ਮੁਰੇ ਲੈ ਲਓ ਹੋਰ ਜੀ ਉਹ ਨਹੀਂ ਪਤਾ ਕੀ ਆ ਅਬ ਜਿਹੜੇ ਕੁਛ ਪੁਲਿਸ ਵਾਲੇ ਨੇ ਨਾ ਇਹਨਾਂ ਨੇ ਕੰਮ ਖਰਾਬ ਕੀਤਾ ਆ ਮੈਂ ਲਾਇਆ ਸਾਹਿਬ ਹੈ ਕਿ ਨਹੀਂ ਸਾਰੇ ਨਹੀਂ ਮਾੜੇ ਹੁੰਦੇ ਮੈਂ ਤੁਹਾਨੂੰ ਲੱਗਦੀ ਮਾੜੀ ਪੰਜੇ ਉਂਗਲਾਂ ਕਹਿੰਦੇ ਇੱਕ ਬਰਾਬਰ ਹੁੰਦੀਆਂ ਇੱਕ ਬਰਾਬਰ ਨਹੀਂ ਹੁੰਦੀਆਂ ਹੈ ਕਿ ਨਹੀਂ ਹੁਣ ਵੇਖ ਲਓ ਸਾਡੇ ਜਿਹੜੇ ਅਫਸਰ ਢਿੱਡ ਕਿੰਨੇ ਕਿੰਨੇ ਕੱਢੀ ਫਿਰਦੇ ਨੇ ਆਪਾਂ ਵੇਖ ਲਓ ਇਹ ਸਲਿਮ ਟ੍ਰਿਮ ਰਹੀਦਾ ਆ ਢਿੱਡ ਭਰਨੇ ਕਿੱਥੋਂ ਢਿੱਡ ਤਾਂ ਭਰ ਹੋਣਗੇ ਉਹ ਨਹੀਂ ਜਨਾਬ ਆਪਾਂ ਨਹੀਂ ਇੱਦਾਂ ਦੇ ਕੰਮ ਕਰੀਦੇ ਉਹ ਠੀਕ ਚੰਗੇ ਰਹੋਗੇ ਨਹੀਂ ਕਰੋਗੇ ਚੰਗੇ ਰਹੋਗੇ ਤੁਸੀਂ ਤਾਂ ਜੀ ਡਰਾਤਾ ਜੀ ਪੰਜਾਬ ਪੁਲਿਸ ਨੂੰ ਜੀ ਸਲੂਟ ਹੈ ਜੀ ਤੁਹਾਨੂੰ ਆ ਸਲੂਟ ਵੀ ਪੁੱਠਾ ਭਰ ਗਿਆ ਜੀ ਸਲੂਟ ਹੈ ਜੀ ਤੁਹਾਨੂੰ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਗਲੇ ਮੁਜਰਿਮ ਨੂੰ ਪੁੱਛਦੇ ਆ ਇਹਨੇ ਤਾਂ ਸਾਡੇ ਤੇ ਕੇਸ ਪਾਤੇ ਹੈਲੋ ਉਹ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਉਹ ਹਸੀ ਜਾਨੀ ਚੱਲ ਤੂੰ ਅੰਦਰ ਤੇਰੇ ਤੇ ਕੇਸ ਪੈ ਗਿਆ ਜ਼ਿਆਦਾ ਹਸਨ ਦਾ ਮੈਂ ਕਿਹਾ ਪੂਰੀ ਐਕਟਿੰਗ ਐਕਟਰ ਐਕਟਿੰਗ ਤੇ ਨੰਬਰ 1 ਕਰਦੇ ਪੰਜਾਬ ਪੁਲਿਸ ਵਾਲੇ ਐਵੇਂ ਨਹੀਂ ਜੜਦੇ ਕਾਰੋਬਾਰ ਚੱਲਦੇ ਸਮਰਾ ਲਿਓ ਵਲੈਤਾਂ ਵੀ ਐਕਟਿੰਗ ਮੈਨੂੰ ਲੱਗਦਾ ਕੁਛ ਜ਼ਿਆਦਾ ਮਿਲ ਗਈ ਆ ਤੁਹਾਨੂੰ ਤੇ ਕੰਮ ਕਰਦੀ ਟ੍ਰੇਨਿੰਗ ਘੱਟ ਮਿਲੀ ਆ ਕੀ ਹੋ ਗਿਆ ਜਨਾਬ ਮੈਂ ਕਿਹਾ ਪੂਰੀ ਘੈਂਟ ਆ ਲੱਗਦੀ ਪਈ ਪਰ ਜਮਾਈ ਘੈਂਟ ਆ ਜੀ ਬਸ ਕਦੇ ਮਾਰ ਹੀ ਨਹੀਂ ਕੀਤਾ ਜੀ ਕਰਦਾ ਇਹ ਹੀ ਪੱਕੀ ਜੋਬ ਮਿਲਦੇ ਨਾ ਕਦੇ ਵਧੀਆ ਐਂ ਆ ਫਿਰ ਨੌਕਰੀਆਂ ਤੇ ਨੌਕਰੀਆਂ ਆ ਤੇ ਮੈਂ ਸੋਚਿਆ ਪੁਲਿਸ ਭਰਤੀ ਹੋ ਜਾਈਏ ਕਹਿੰਦੇ ਖਾਣ ਪੀਣ ਦਾ ਡਾਕਟਰ ਨਾਲ ਉਹ ਇੱਧਰ ਕੰਮ ਸੂਤ ਆ ਲੱਗਦਾ ਤੁਹਾਡਾ ਕਿਉਂਕਿ ਪੈਸੇ ਪੂਸੇ ਚੰਗੇ ਬਣਦੇ ਆ ਜੇਬਾਂ ਜੁਬਾਂ ਜਰਾ ਕੁ ਗਰਮ ਰਹਿੰਦੀਆਂ ਆ ਫਿਰ ਖੁਸ਼ੀ ਦੇ ਆਪੇ ਰਹੀ ਮੈਂ ਆ ਗਿਆ ਸਿਆਲਾ ਆਣ ਵਾਲਾ ਵੀ ਜੇਬਾਂ ਵੀ ਤੇ ਗਰਮ ਕਰਨੀਆਂ ਖੁਸ਼ੀ ਦੇ ਮੂੰਹ ਦੇ ਇਦਾਂ ਝਲਕਦੀ ਆ ਪੁਲਿਸ ਵਾਲਿਆਂ ਦੇ ਕੋਈ ਬੱਲੇ ਬੱਲੇ ਹੋਈ ਪਈ ਆ ਐਂ ਆ ਫਿਰ ਬਾਹਰ ਦੀ ਪੁਲਿਸ ਕਿੱਦਾਂ ਦੀ ਆ ਬਾਹਰ ਦੀ ਪੁਲਿਸ ਦੇ ਮੂੰਹ ਤੇ ਇੱਦਾਂ ਖੁਸ਼ੀ ਨਹੀਂ ਦੇਖਦੀ ਜਿੱਦਾਂ ਤੁਹਾਡੇ ਆ ਤੁਹਾਡੀਆਂ ਜੇਬਾਂ ਗਰਮ ਹੁੰਦੀਆਂ ਉਹਨਾਂ ਦੀਆਂ ਜੇਬਾਂ ਨਹੀਂ ਗਰਮ ਹੁੰਦੀਆਂ ਫਰਕ ਇੰਨਾ ਹੀ ਆ ਸਭ ਪਤਾ ਆ ਤੁਹਾਨੂੰ ਮੈਂ ਲਾ ਲਿਆ ਸਾਬ ਹੈ ਤੁਹਾਡੀਆਂ ਜੇਬਾਂ ਰਹਿੰਦੀਆਂ ਹਰ ਵੇਲੇ ਟੱਲੀ ਟਨ ਟਨ ਕਰਦੀਆਂ ਤੇ ਤੁਸੀਂ ਮੂੰਹ ਤੇ ਦੇਖ ਕਿੱਦਾਂ ਛਣਕਦੇ ਪਏ ਆ ਇੱਥੇ ਦੀ ਪੁਲਿਸ ਦੇ 12 ਵਜੇ ਹੁੰਦੇ ਆ ਵਿਚਾਰਿਆਂ ਦੇ ਖੜੇ ਆ ਦੇ ਡਿਊਟੀ ਤੇ ਨਹੀਂ ਮਾੜਾ ਚੰਗਾ ਕਹਿਣ ਨੂੰ ਅਸੀਂ ਮਿਲਦੇ ਤੁਹਾਨੂੰ ਹੈ ਦੱਸੋ ਜਨਾਬ ਹੁਣੀ ਕੋਈ ਜਨਾਬ ਆਏ ਤੇ ਕਿੱਦਾਂ ਸਲੂਟ ਮਾਰੀਦਾ ਆ ਖੜੇ ਹੋਣ ਦਾ ਤਰੀਕਾ ਕਿੰਨਾ ਘੈਂਟ ਆ ਲੈ ਕੇ ਆ ਦੇਖ ਲੋ ਪੁਲਿਸ ਵਾਲੇ ਕੰਮ ਲੱਗਦੇ ਹੀ ਹਨੀ ਤੁਹਾਡੇ ਨੰਬਰ ਓ ਬਾਈ ਤੁਸੀਂ ਐ ਕਰੋ ਭੈਣ ਜੀ ਰੁਕ ਜਾਓ ਤੁਸੀਂ ਮੈਂ ਨਾ ਇੱਕ ਹੋਰ ਫੋਨ ਲੈਣਾ ਤੇ ਉਸ ਤੋਂ ਪਹਿਲਾਂ ਮੈਂ ਜਾਣਾ ਵਾ ਚਾਹ ਪਾਣੀ ਪੀਣ ਕੋਈ ਰੇੜੀ ਰੂੜੀ ਨਹੀਂ ਮਿਲੀ ਹਜੇ ਤੱਕ ਮੂਲੀ ਮਫਲੀ ਖਾਣ ਵਾਲੀ ਉਹ ਸਾਰੇ ਇਲਜ਼ਾਮ ਸੜਦ ਲਾਉਂਗੇ ਉਹ ਤੁਸੀਂ ਖੜੋ ਇੱਥੇ ਹੀ ਖੜੀ ਹੋ ਹੁਣ ਮੈਂ ਚਾਹ ਪਾਣੀ ਪੀ ਕੇ ਆਉਂਦੀ ਹਾਂ ਤੇ ਫਿਰ ਤੁਹਾਨੂੰ ਦੱਸਦੀ ਹਾਂ ਵੀ ਕਿਹੜੀ ਮੂਫਲੀ ਮੂਲੀ ਮਫਲੀ ਦੀ ਰੇੜੀ ਲੱਭੋ ਜਾ ਕੇ ਸਿਆਲ ਆਉਣ ਡਿਆ ਆ ਗਰਮ ਗਰਮ ਹੋ ਗਿਆ ਇਸੇ ਕਰਕੇ ਰੱਖਤੀ ਮੇਰੀ ਮੈਂ ਹੀ ਮਿਲੀ ਸੀਗੀ ਦੱਸੋ ਹੋਰ ਹੋਰ ਕੋਈ ਮਿਲਿਆ ਤਾਂ ਉਹਦੇ ਦੀ ਲਾ ਦੇਣੀ ਆ ਉਹ ਮੈਂ ਜਾਣਾ ਆ ਚਾਹ ਪਾਣੀ ਪੀਣ ਠੀਕ ਹੈ ਜੀ ਤੁਰੇ ਜਾਂਦੇ ਜੇਬਾਂ ਤੁਸੀਂ ਕੱਟ ਲੈਂਦੇ ਆ ਤੁਹਾਡਾ ਕੀ ਪਤਾ ਲੱਗਦਾ ਉਹ ਬਾਈ ਜਿਹੜਾ ਫੋਨ ਕਰ ਦੋ ਜੀ ਇਹਨਾਂ ਦਾ ਉਹ ਚਾਹ ਪਾਣੀ ਪੀਣ ਜਾਣਾ ਜੀ ਲੈਣੇ ਜੀ ਨਿੱਕਾ ਜਿਹਾ ਪਿਆਰਾ ਜਿਹਾ ਬ੍ਰੇਕ ਤੇ ਫਿਰ ਆ ਕੇ ਦੱਸਦੇ ਆ ਜੀ ਸਤਿ ਸ਼੍ਰੀ ਅਕਾਲ ਲਓ ਜੀ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਪੰਜਾਬ ਪੁਲਿਸ ਵੱਲੋਂ ਹੁਣੀ ਹੁਣੀ ਚਲਾਨ ਕੱਟਿਆ ਬਾਈ ਜੀ ਇੱਕ ਬੰਦੇ ਦਾ ਗੱਡੀ ਦੇ ਪਿੱਛੇ ਲਿਖਾਈ ਬੈਠਾ ਸੀ ਕਹਿੰਦੇ ਜੀ ਰੱਬ ਨੇ ਬਣਾਈਆਂ ਜੋੜੀਆਂ ਉਹ ਮੈਂ ਕਿਹਾ ਕਾਕਾ ਪਤਾ ਉਦੋਂ ਲੱਗੂ ਜਦੋਂ ਪੰਜਾਬ ਪੁਲਿਸ ਨੇ ਤੇਰੀਆਂ ਲੱਤਾਂ ਤੋੜੀਆਂ ਐਂ ਕਿਵੇਂ ਲਿਖਾਈ ਜਾਓਗੇ ਕੁਝ ਵੀ ਲਿਖਾਈ ਜਾਂਦੇ ਹੋ ਗੱਡੀਆਂ ਤੁਹਾਡੀਆਂ ਚਲਾਨ ਤਾਂ ਸਾਡੇ ਨੇ ਨਾ ਕੱਟੀ ਜਾਣੇ ਨੇ ਆਪਾਂ ਵਾਰੀ ਵਾਰੀ ਲਓ ਜੀ ਅਗਲਾ ਮੁਜਰਮ ਤਿਆਰ ਹੈ ਜੀ ਹੈਲੋ ਹਾਂਜੀ ਕਿਰਨ ਬੇਦੀ ਜੀ ਨਮਸਕਾਰ ਨਮਸਕਾਰ ਆ ਜੀ ਸਲੂਟ ਹੈ ਤੁਹਾਨੂੰ ਕੀ ਹਾਲ ਚਾਲ ਹੈ ਤੁਹਾਡੇ ਵਧੀਆ ਜੀ ਵਧੀਆ ਕੀ ਨਾਂ ਤੁਹਾਡਾ ਮੇਰਾ ਨਾਂ ਚੰਨਨ ਲਾਲ ਆ ਮੈਂ ਕੈਨੇਡਾ ਤੋਂ ਬੋਲ ਰਿਹਾ ਕੈਨੇਡਾ ਤੋਂ ਕੱਟੀਏ ਤੁਹਾਡਾ ਚਲਾਨ ਫਿਰ ਹਾਂ ਹਾਂ ਮੈਂ ਉਹੀ ਗੱਲ ਕਰ ਰਿਹਾ ਸੀ ਹਾਂਜੀ ਵੀ ਤੁਹਾਡੇ ਤੁਹਾਨੂੰ ਰਿਟਾਇਰਮੈਂਟ ਹੋਇਆ ਨੂੰ ਮੌਤਾਂ ਬੀਤ ਗਈਆਂ ਹੁਣ ਤਾਂ ਤੁਹਾਨੂੰ ਦਿੱਲੀ ਵਾਲਿਆਂ ਨੇ ਵੀ ਇਲੈਕਸ਼ਨਾਂ ਤੋਂ ਬਾਹਰ ਕਰਕੇ ਬਾਹਰ ਦਾ ਰਾਹ ਦਿਖਾ ਦਿੱਤਾ ਤੁਸੀਂ ਹਲੇ ਵੀ ਆਪਣਾ ਰੋਹਬ ਮਾਰੀ ਜਾਂਦੇ ਹੋ ਉਹ ਐਂ ਆ ਫਿਰ ਸਾਡਾ ਰੋਹਬ ਕਿੱਥੇ ਜਾਣਾ ਆ ਮੈਂ ਤਾਂ ਨਾਲੇ ਹੁਣੀ ਹੁਣੀ ਭਰਤੀ ਹੋਈ ਆ ਮੈਂ ਤਾਂ ਰੋਹਬ ਤਾਜ਼ਾ ਤਾਜ਼ਾ ਵਿਖਾਉਣਾ ਬਾਈ ਜੀ ਉਹ ਦਰਅਸਲ ਨਾ ਮੈਂ ਹੈਗਾ ਘੁਮਾਰ ਅੱਛਾ ਅਸੀਂ ਖੋਤੇ ਪਾਲੇ ਹੋਏ ਆ ਅੱਛਾ ਤੇ ਜੇ ਕਿਤੇ ਅੱਗੇ ਪਿੱਛੇ ਜਾਣਾ ਹੁੰਦਾ ਤਾਂ ਮੈਂ ਖੋਤੇ ਤੇ ਹੀ ਚਲਾ ਜਾਂਦਾ ਬੈਠ ਕੇ ਸਹੀ ਗੱਲ ਆ ਹਾਂ ਤੇ ਤੁਹਾਡਾ ਚਲਾਨ ਦਾ ਬੰਦਾ ਇੱਕ ਦਿਨ ਕੀ ਹੋਇਆ ਕਿ ਰਾਹ ਉੱਥੇ
ਲੁਧਿਆਣੇ ਦੇ ਉਹ ਆਰਤੀ ਚੌਂਕ ਵਿੱਚ ਮੈਨੂੰ ਪੁਲਿਸ ਵਾਲਿਆਂ ਨੇ ਰੋਕ ਲਿਆ। ਅੱਛਾ, ਕਹਿੰਦੇ ਓਏ ਕਿੱਦੇ ਨੂੰ ਮੂੰਹ ਚੱਕਿਆ। ਮੈਂ ਕਿਹਾ ਉਹ ਮੂੰਹ ਤਾਂ ਮੈਂ ਜਿੱਦੇ ਨੂੰ ਚੱਕਿਆ ਤੂੰ ਤਹਿਜੀਬ ਨਾਲ ਤਾਂ ਬੋਲ ਕੀ ਕਹਿਣਾ ਚਾਹੁੰਦਾ। ਉਹ ਸਾਡੇ ਹੀ ਬੰਦੇ ਆ ਜੀ। ਕਹਿੰਦਾ ਤੂੰ ਕਾਹਤੇ ਸਵਾਰ? ਮੈਂ ਕਿਹਾ ਮੈਂ ਗੱਡੀ ਤੇ। ਬਿਲਕੁਲ, ਤੇ ਹੁਣ ਗੱਡੀ ਜਿਹੜੀ ਆ ਟੂ ਵੀਲਰ ਵੀ ਹੋ ਜਾਂਦੀ ਆ, ਫੋਰ ਵੀਲਰ ਵੀ ਹੋ ਜਾਂਦੀ ਆ। ਹਾਂਜੀ। ਮੈਂ ਕਿਹਾ ਤੈਨੂੰ ਕੀ ਇਤਰਾਜ ਆ? ਕਹਿੰਦਾ ਮੈਨੂੰ ਇਤਰਾਜ ਆ, ਤੂੰ ਹੈਲਮਟ ਨੀ ਪਹਿਨਿਆ ਹੋਇਆ, ਮੈਂ ਤੇਰਾ ਚਲਾਨ ਕੱਟਣਾ। ਗੱਲ ਤਾਂ ਸਹੀ ਆ ਬਾਈ ਜੀ, ਫੋਰ ਵੀਲਰ ਤੇ ਬੈਠੇ ਹੋ ਤਾਂ ਚਲਾਨ ਤਾਂ ਕਟਾਉਣਾ ਆ। ਚਲੋ ਜੀ ਚਲੋ। ਨਹੀਂ, ਮੈਂ ਉਹਨੂੰ ਜਵਾਬ ਫਿਰ ਪੁੱਛਿਆ। ਹਾਂਜੀ। ਮੈਂ ਕਿਹਾ ਮੇਰੀ ਤਾਂ ਗੱਡੀ ਫੋਰ ਵੀਲਰ ਆ। ਹਾਂਜੀ। ਤੂੰ ਫੋਰ ਵੀਲਰ ਦਾ ਚਲਾਨ ਕਿੱਦਾਂ ਕੱਟ ਸਕਦਾ, ਤੈਨੂੰ ਕਾਨੂੰਨ ਪਤਾ ਕਿ ਨਹੀਂ ਪਤਾ? ਹਾਂਜੀ, ਉਹ ਕਾਨੂੰਨ ਥੋੜੀ ਸਾਨੂੰ ਪਤਾ ਹੀ ਨਹੀਂ। ਕਹਿੰਦਾ ਅੱਛਾ ਜੀ ਜਾਓ ਜੀ। ਉਹ ਸਾਨੂੰ ਥੋੜੀ ਇਹਨੇ ਕਾਨੂੰਨ ਪਤਾ, ਕਾਨੂੰਨ ਤਾਂ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਹਾਂ, ਫਿਰ ਫੋਰ ਵੀਲਰ ਤੇ ਤਾਂ ਨਹੀਂ ਨਾ ਹੈਲਮਟ ਪਹਿਨਣਾ ਜ਼ਰੂਰੀ? ਸੀਟ ਬੈਲਟ ਨਹੀਂ ਨਾ ਪਾਈ ਹੋਣੀ ਤੁਸੀਂ? ਸੀਟ ਬੈਲਟ ਤਾਂ ਹੁਣ ਕਹੀ ਨਹੀਂ। ਕਿਉਂ ਨਹੀਂ ਚਾਹੀਦੀ ਬਾਈ ਜੀ? ਉਹਦਾ ਕਹਿੰਦਾ ਹੈਲਮਟ ਦਾ ਚਲਾਨ ਕੱਟਣਾ। ਮੈਂ ਕਿਹਾ ਹੈਲਮਟ ਦਾ ਚਲਾਨ ਨਹੀਂ ਤੂੰ ਕੱਟ ਸਕਦਾ। ਦੇਖੋ ਜੀ, ਚਲਾਨ ਤਾਂ ਤੁਹਾਡਾ ਕੱਟਿਆ ਜਾਣਾ, ਭਾਵੇਂ ਹੈਲਮਟ ਦਾ ਕੱਟਾ ਲਓ ਤੇ ਭਾਵੇਂ ਸੀਟ ਬੈਲਟ ਦਾ, ਐਂ ਹੀ ਆ ਫਿਰ। ਤੇ ਇੱਕ ਚਲਾਨ ਤੁਹਾਡਾ ਹੋਰ ਕੱਟਿਆ ਜਾਣਾ ਵਾ। ਤੁਸੀਂ ਟੀਵੀ ਦੀ ਆਵਾਜ਼ ਨਹੀਂ ਸੀ ਕੱਟ ਕੀਤੀ, ਇਹਦਾ ਚਲਾਨ ਵੱਖਰਾ ਆ। ਅੱਛਾ, ਐਂ ਹੀ ਆ ਫਿਰ, ਸਾਨੂੰ ਤਾਂ ਮੌਕਾ ਚਾਹੀਦਾ ਆ। ਚਲੋ ਅੱਛਾ, ਇੱਕ ਮੇਰਾ ਸੁਝਾਅ ਹੈ ਤੁਹਾਨੂੰ। ਦੱਸੋ ਜੀ। ਆ ਜਿਹੜੇ ਬੇਕਾਰ ਜਿਹੇ ਮੁੱਦੇ ਹੁੰਦੇ ਆ ਨਾ, ਫੈਸ਼ਨ ਦਾ ਮੁੱਦਾ ਹੋ ਗਿਆ, ਗੁੜਤੀ ਦਾ ਮੁੱਦਾ ਹੋ ਗਿਆ, ਹਾਂਜੀ, ਇੱਦਾਂ ਦੇ ਮੁੱਦੇ ਨਾ ਲਿਆਇਆ ਕਰੋ, ਕੋਈ ਸਮਾਜ ਸੁਧਾਰ ਦੀ ਗੱਲ ਕਰਿਆ ਕਰੋ। ਜਿੱਦਾਂ ਇੱਕ ਵਾਰੀ ਤੁਸੀਂ ਪਹਿਲਾਂ ਭੜਾਸ ਕੱਢਣ ਦੀ ਗੱਲ ਕੀਤੀ ਸੀ, ਉਹ ਬਹੁਤ ਵਧੀਆ ਸੀ। ਅੱਜ ਵੀ ਖੈਰ ਤੁਹਾਡਾ ਮੁੱਦਾ ਠੀਕ ਆ, ਵਧੀਆ ਆ। ਅੱਛਾ, ਚੰਗਾ ਬਾਈ ਜੀ ਥੋੜਾ ਟਾਈਮ ਨੀ ਵੇਸਟ ਕਰਦੇ ਆਪਾਂ। ਆ ਵੇਖ ਲਓ ਜੀ, ਕਹਿੰਦੇ ਆਪਾਂ ਟਾਈਮ ਵੇਸਟ ਕਰਦੇ ਹਾਂ ਵੀ। ਦੱਸੋ, ਪੰਜਾਬ ਪੁਲਿਸ ਕੋਲ ਤਾਂ ਅੱਗੇ ਟਾਈਮ ਨਹੀਂ ਹੁੰਦਾ, ਉਹ ਤਾਂ ਅੱਗੇ ਚੌਂਕਾਂ 'ਚ ਖੜੇ ਖੜੇ ਚਲਾਉਣ ਵੱਲ ਵੇਖਦੀ ਰਹਿੰਦੇ, ਨਾਲੇ ਕਹਿੰਦੇ ਆਪਾਂ ਸਹੀ ਤਰ੍ਹਾਂ ਬੋਲਦੇ ਨਹੀਂ ਚੱਜ ਨਾਲ। ਮੈਨੂੰ ਦੱਸੋ, ਆਪਾਂ ਇੰਨੇ ਪੜ੍ਹੇ ਲਿਖੇ ਹੋਈਏ ਤਾਂ ਪੰਜਾਬ ਪੁਲਿਸ 'ਚ ਜ਼ਰੂਰ ਭਰਤੀ ਹੋਈਏ, ਬੋਲਦੇ ਨਹੀਂ ਆਖੇ ਚੰਗੀ ਤਰ੍ਹਾਂ, ਅੱਗੇ ਢਿੱਡ ਬੜੇ ਵੱਧੇ ਰਹਿੰਦੇ ਇਹਨਾਂ ਦੇ, ਦੌੜ ਨਹੀਂ ਸਕਦੇ। ਤੁਸੀਂ ਤੁਹਾਡੇ ਕੋਲ ਦੌੜਾਂ ਲਵਾਉਣੀਆਂ ਨੇ, ਆਪਾਂ ਮੁਜਰਿਮ ਫੜਨਾ, ਸਾਨੂੰ ਗੱਡੀਆਂ ਦਿੱਤੀਆਂ ਹੋਈਆਂ ਨੇ ਉਹਨਾਂ ਨੇ। ਆਹ ਵੇਖੋ, ਡੰਡਾ ਹੀ ਕਾਫੀ ਹੈ ਜੀ, ਆਹ ਵਗਾਹ ਕੇ ਮਾਰੀਦਾ ਆ, ਅਤੇ ਨਾਲ ਹੀ ਫਿਰ ਜੱਟ ਫੜ ਲੈਂਦਾ ਆ ਜੀ, ਪੁਲਿਸ ਵਾਲੇ ਫੜ ਲੈਂਦੇ ਨਾਲ ਹੀ ਉਹਨਾਂ ਨੂੰ। ਐਂ ਥੋੜ੍ਹੀ ਹੁੰਦਾ, ਸਾਡੇ 'ਤੇ ਇਲਜ਼ਾਮ ਕਿੰਨੇ ਲੱਗਦੇ? ਮੈਨੂੰ ਵੀ ਤਾਂ ਇੱਕ ਦੱਸੋ ਗੱਲ, ਵੀ ਤੁਹਾਡੇ 'ਤੇ ਵੀ ਇਲਜ਼ਾਮ ਹੈਗਾ ਵੀ ਜਿਹੜੇ ਸਾਡੇ ਰੈਗੂਲਰ ਕਾਲਰ ਨੇ ਨਾ, ਉਹ ਅੱਜ ਕੱਲ੍ਹ ਫੋਨ ਨਹੀਂ ਲਾ ਰਹੇ, ਅਤੇ ਇਹਦੇ ਕਰਕੇ ਉਹਨਾਂ ਨੂੰ ਜਿਹੜਾ ਆ ਨਾ ਹਵਾਲਾ 'ਚ ਜਾਣਾ ਪੈਣਾ ਚਾਹੀਦਾ ਆ। ਅਤੇ ਜੇ ਸਾਨੂੰ ਪਤਾ ਲੱਗਾ ਵੀ ਕੱਲ੍ਹ ਤੋਂ ਉਹਨਾਂ ਦੇ ਫੋਨ ਨਹੀਂ ਆਏ, ਅਤੇ ਆਹ ਜਿਹੜੀ ਆ ਨਾ ਵਾਰਨਿੰਗ ਹੀ ਸਮਝੀਓ ਫਿਰ ਸਾਡੇ ਵੱਲੋਂ। ਨਾਲੇ ਕਈ ਵਾਰ ਮੈਂ ਵੇਖਿਆ ਆ ਵੀ ਪੰਜਾਬ ਪੁਲਿਸ ਦਾ ਜਿਹੜਾ ਮਜ਼ਾਕ ਆ ਨਾ, ਉਹ ਤਾਂ ਠੀਕ ਆ, ਜਿਹੜੇ ਮੀਡੀਆ ਵਾਲੇ ਆ ਬੜਾ ਦੁਖੀ ਕਰੀ ਜਾਂਦੇ ਨੇ। ਕਈ ਵਾਰ ਸਾਨੂੰ ਰਿਸ਼ਵਤ ਲੈਂਦਿਆਂ ਨੂੰ ਫੜ ਲੈਂਦੇ ਆ, ਫੋਟੋਆਂ ਖਿੱਚੀ ਜਾਂਦੇ ਆ, ਫਿਰ ਇੰਟਰਨੈੱਟ 'ਤੇ ਚੜ੍ਹਾਈ ਜਾਂਦੇ ਆ। ਉਹ ਬਾਈ ਜੀ, ਐਂ ਨਾ ਕਰਿਆ ਕਰੋ, ਸਾਡੀ ਨੌਕਰੀ ਦਾ ਸਵਾਲ ਹੁੰਦਾ ਆ, ਸਾਡੇ ਲਈ ਔਖਾ ਹੋ ਜਾਂਦਾ, ਸਾਡੇ ਅਫਸਰ ਸਾਡੀਆਂ ਫੋਟੋਆਂ ਵੇਖਦੇ ਨਾਲ ਹੀ ਸਾਨੂੰ ਡਿਮੋਟ ਕਰ ਦਿੰਦੇ ਆ। ਨਾਲੇ ਫਿਰ ਦੱਸੋ ਵੀ ਆਪਾਂ ਕਿੱਥੇ ਜਾਣਾ ਹੈ, ਰੋਟੀ ਪਾਣੀ ਖਾਣਾ ਹੈ, ਸਾਡੀਆਂ ਵੀ ਫੈਮਿਲੀਆਂ ਹੈਗੀਆਂ ਨੇ, ਮਾੜੀ ਮੋਟੀ ਰਿਸ਼ਵਤ ਲੈ ਲਈ ਦੀ ਆ ਤਾਂ ਕੀ ਹੋ ਜਾਂਦਾ ਹੈ ਜੀ। ਅਗਲੇ ਮੁਜਰਿਮ ਨੂੰ ਲੈਂਦੇ ਹਾਂ ਜੀ। ਹੈਲੋ। ਓ ਹੈਲੋ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਲੂਟ ਹੈ ਤੁਹਾਨੂੰ। ਹਾਂਜੀ ਹਾਂਜੀ, ਤੁਹਾਨੂੰ ਜੀ ਬਹੁਤ ਬਹੁਤ। ਹੋਰ ਸੁਣਾਓ ਜੀ, ਕੀ ਹਾਲ ਆ? ਵਧੀਆ ਜੀ, ਕਿੱਥੋਂ ਬੋਲਦੇ ਤੁਸੀਂ? ਹਾਏ, ਅਸੀਂ ਵੀ ਤੁਹਾਡੇ ਰੈਗੂਲਰ ਕਾਲ ਬੋਲਦੇ ਹਾਂ, ਤੁਸੀਂ ਯਾਦ ਕੀਤਾ, ਮੈਂ ਕਰ ਹੀ ਲੈਂਦੇ ਹਾਂ ਗੱਲ। ਹੋਰ ਕੀ, ਫੋਨ ਕਾਹਨੂੰ ਲਾਉਂਦੇ ਤੁਸੀਂ? ਬਹੁਤ ਤਾਵਲੇ ਹੋਏ ਸੀ। ਹਾਂ, ਫੋਨ ਕਾਹਨੂੰ ਲਾਉਂਦੇ ਸੀਗੇ? ਉਹ ਮੈਂ ਆਖਿਆ ਬਹੁਤ ਤਾਵਲੇ ਸੀ, ਬਸ ਫਿਰ ਤੈਨੂੰ ਦੱਸ ਦਾਂਗੇ, ਕੋਈ ਟੈਨਸ਼ਨ ਜੀ ਸੀ ਬਹੁਤ ਵੱਡੀ। ਟੈਨਸ਼ਨ ਲੈਣੀ ਤੁਸੀਂ, ਅਸੀਂ ਬੈਠੇ ਹਾਂ, ਪੰਜਾਬ ਪੁਲਿਸ ਕਾਹਨੂੰ ਆ? ਨਹੀਂ, ਉਹ ਤੁਹਾਡੇ ਮਸਲਾ ਨਹੀਂ ਸੀ ਨਾ ਹੱਲ ਕਰਨਾ, ਰੱਬ ਰੋਲ ਨਹੀਂ ਸੀ। ਨਹੀਂ ਨਹੀਂ, ਰੱਬ ਤੁਹਾਡੇ ਸਾਰੇ ਮਸਲੇ ਸੋਲਵ ਕਰਾਏ ਜੀ। ਠੀਕ ਠੀਕ, ਤੇ ਖੁਸ਼ ਹੋ ਜੀ, ਤੁਸੀਂ ਦੁਖੀ ਜਿਹਾ ਲੱਗ ਰਹੇ। ਨਹੀਂ, ਮੈਂ ਆਖਿਆ ਤੁਸੀਂ ਦੌੜੀਆਂ ਹੀ ਲਾਈਆਂ ਲੱਗ ਰਹੇ। ਕਿਵੇਂ? ਜੋ ਕਿਤੇ ਭੱਜਦੜ ਪੈਂਦੀ ਹੈ ਨਾ ਪੰਜਾਬ ਪੁਲਿਸ ਨੂੰ, ਤੁਸੀਂ ਜ਼ਿਆਦਾ ਹੀ ਭੱਜੀਆਂ ਰੇਸਾਂ ਲਾਈਆਂ ਲੱਗਦੀਆਂ। ਉਹ ਮੈਂ ਜੀ, ਮੈਂ ਵੇਖੋ ਮੇਰਾ ਢਿੱਡ ਨਹੀਂ ਵਧਿਆ ਹੋਇਆ, ਮੈਂ ਸਲਿਮ ਟ੍ਰਿਮ ਰਹਿੰਦੀ ਹਾਂ।
ਉਹ ਫਿਰ ਕਾਲਰਾਂ ਨੂੰ ਪਤਾ ਨੀ ਲੱਗਣ ਡਿਆ ਵੀ ਇੰਨੀ ਦੌੜ ਤੁਸੀਂ ਜਦੋਂ ਭੱਜਦੇ ਹੋ ਫਿਰ ਪਤਾ ਵੀ ਨਹੀਂ ਨਾ ਲੱਗਦਾ ਵੀ ਕਿੱਧਰ ਨੂੰ ਭੱਜਣਾ ਕਿੱਧਰ ਨੂੰ ਨਹੀਂ। ਮੇਰੇ ਇੱਧਰ ਨੂੰ ਤੇ ਉੱਧਰ ਨੂੰ ਆ ਵੇਖ ਲਓ ਮੇਰੇ ਤਾਂ ਹਾਲੇ ਸਟਾਰ ਵੀ ਨਹੀਂ ਲਾਏ, ਉਹਨਾਂ ਨੇ ਕਹਿੰਦੇ ਤੂੰ ਪਹਿਲਾਂ ਹੀ ਸੁਪਰ ਸਟਾਰ ਆ, ਸਟਾਰ ਲਾਉਣ ਦੀ ਲੋੜ ਨਹੀਂ ਤੈਨੂੰ। ਉਹ ਲਾਉਣਾ ਨਹੀਂ ਉਹਨਾਂ ਨੇ ਕੁਛ ਵੀ ਨਹੀਂ ਲਾਉਣਾ ਤੇ ਉਹੀ ਉਂਝ ਜਿੰਦਾਬਾਦ ਲੱਗਣਾ। ਐਂ ਹੀ ਆ ਫਿਰ ਐਵੇਂ ਨਹੀਂ ਚੜ੍ਹਦੇ ਘਰ ਬਾਹਰ ਚੱਲਦੇ ਸਵਰਾ ਲਿਓ ਬਲੈਰ ਤੱਕ ਚੱਲ ਹੈਂ ਚੱਲਦੀ ਤਾਂ ਨਾ ਗੱਡੀ ਆ ਏਦਾਂ ਹੀ ਆ ਜੀ। ਸ਼ਿਕਾਇਤਾਂ ਸ਼ਿਕੂਤਾਂ ਤਾਂ ਹੈ ਨਹੀਂ ਤੁਹਾਨੂੰ ਕੋਈ? ਨਹੀਂ ਯਾਰ ਮੈਨੂੰ ਨਹੀਂ ਸ਼ਿਕਾਇਤ ਹੈਗੀ। ਲੋ ਵੀ ਲੋ ਇੱਕ ਪਹਿਲਾ ਕਾਲਰ ਆਇਆ ਸੀ ਕਹਿੰਦਾ ਸ਼ਿਕਾਇਤ ਹੈ ਨਹੀਂ, ਇੱਕ ਤੁਸੀਂ ਹੋ ਜੀ, ਤੁਹਾਨੂੰ ਤਾਂ ਸਲੂਟ ਹੈ ਜੀ, ਤੁਹਾਨੂੰ ਸ਼ਿਕਾਇਤ ਦੀ ਕੋਈ ਨਹੀਂ ਹੈਗੀ। ਹਾਂ ਦੇਖ ਲਓ ਫਿਰ ਅਸੀਂ, ਸਾਨੂੰ ਪਤਾ ਐਵੇਂ ਸਾਡੇ ਮੈਡਮ ਸਾਡੀ ਕੋਲ ਜ਼ਿਆਦਾ ਟਾਈਮ ਨਹੀਂ ਹੈਗਾ, ਜੇ ਹੁੰਦਾ ਨਾ ਤੈਨੂੰ ਅਸੀਂ ਬਹੁਤ ਕੰਪਲੀਟ। ਤੇ ਫਿਰ ਇਹ ਕਰਨਾ ਵੀ ਤੁਹਾਨੂੰ ਪਤਾ ਸਾਡੇ ਕੋਲ ਟਾਈਮ ਘੱਟ ਹੁੰਦਾ ਤੇ ਫੋਨ ਜ਼ਰੂਰ ਲਾਉਣਾ ਰੋਜ਼, ਨਹੀਂ ਤਾਂ ਫਿਰ ਸਿੱਧਾ ਹੀ ਹਵਾਲਾ 'ਚ ਕਰ ਦਾਂਗੇ ਜੀ। ਐਂ ਆ ਫਿਰ ਵੇਖ ਲਓ ਜੀ, ਡਰਾਤੇ ਬੰਦਾ ਆਪਾਂ ਇੱਦਾਂ ਹੀ ਕਰੀਦਾ ਆ, ਬੰਦੇ ਬੁੰਦੇ ਡਰਾ ਕੇ ਰੱਖੀਦੇ ਆ ਆਪਾਂ। ਤੇ ਨਾਲੇ ਜਿਹੜੇ ਇੱਕ ਕਾਲਰ ਨੇ ਕਿਹਾ ਸੀਗਾ ਮੂੰਗਫਲੀ ਦੀ ਰੇਹੜੀ, ਮੈਂ ਤੁਹਾਨੂੰ ਦੱਸਾਂ ਜੀ ਮੈਂ ਬ੍ਰੇਕ 'ਚ ਗਈ ਸੀਗੀ ਨਾ, ਮੂੰਗਫਲੀ ਦੀ ਰੇਹੜੀ ਹੋਈ ਲੱਭਣ ਗਈ ਸੀਗੀ ਪਰ ਲੱਭੀ ਹੋਈ ਨਹੀਂ ਬਾਈ ਜੀ। ਕੋਈ ਗੱਲ ਨਹੀਂ ਜੀ, ਆ ਜਿਹੜਾ ਰਿਸ਼ਵਤ ਵਾਲਾ ਚਲਾਣ ਵਾਲਾ ਅਤੇ ਆ ਜਿਹੜਾ ਬਗੈਰ ਗੱਲੋਂ ਉੱਚੀ ਬੋਲਣ ਦਾ ਜਿਹੜਾ ਸਾਡੇ 'ਤੇ ਜਿਹੜਾ ਕੇਸ ਆ ਉਹ ਜਿਹੜਾ ਆਪਾਂ ਸੋਲਵ ਕਰਕੇ ਆਉਂਦੇ ਹਾਂ, ਅਤੇ ਆ ਜਿਹੜੀਆਂ ਸਾਡੇ 'ਤੇ ਜਿਹੜੇ ਇਲਜ਼ਾਮ ਲੱਗਦੇ ਨੇ ਨਾ ਬਾਈ ਜੀ, ਥੋੜ੍ਹੇ ਹਿਸਾਬ ਦੇ ਲਾਇਆ ਕਰੋ। ਮੈਨੂੰ ਪਤਾ ਆਪਾਂ ਮਾੜੇ ਤਾਂ ਹੈਗੇ ਹਾਂ ਜੀ, ਇੰਨੇ ਮਾੜੇ ਵੀ ਨਹੀਂ। ਦੇਖੋ ਜੀ ਆਹ ਦੇਸ਼ ਦੇ ਕੰਮ ਕੁੰਮ ਵੀ ਤਾਂ ਆਪਾਂ ਹੀ ਕਰੀਦੇ ਆ ਜੀ, ਸਾਡੀ ਡਿਊਟੀ ਬੜੀ ਸਖਤ ਹੁੰਦੀ ਆ ਜੀ। ਅਤੇ ਇੱਦਾਂ ਕਰਦੇ ਹਾਂ ਵੀ ਅੱਜ ਜਿਹੜੀ ਆ ਸਾਡੀ ਵਾਰੀ ਹੋਈ ਹੈ ਜੀ ਖਾਣ ਪੀਣ ਦੀ ਹੁਣ, ਅਤੇ ਆਪਾਂ ਜਾਈਏ ਅਤੇ ਕਿਉਂਕਿ ਸਾਡਾ ਟਾਈਮ ਵੀ ਸਾਡੀ ਡਿਊਟੀ ਆ ਜਿਹੜੀ ਉਹ ਮੁੱਕ ਗਈ ਆ ਜੀ। ਅਤੇ ਹੁਣ ਇੱਦਾਂ ਕਰਦੇ ਹਾਂ ਵੀ ਲੈਂਦੇ ਹਾਂ ਜੀ ਸਮਾਂ, ਤੁਹਾਡੇ ਤੋਂ ਇਜਾਜ਼ਤ ਹੋ ਗਿਆ ਜੀ। ਆਹ ਕੀ ਬੋਲੀ ਜਾਂਦੀ ਆ ਜੀ, ਮੈਂ ਮੇਰੇ ਕਹਿਣ ਦਾ ਮਤਲਬ ਸੀਗਾ ਜੀ ਅੱਜ ਜਿਹੜਾ ਸਮਾਂ ਹੈ ਜੀ ਇਜਾਜ਼ਤ ਨਹੀਂ ਦੇ ਰਿਹਾ, ਅਤੇ ਮੇਰੀ ਜਿਹੜੀ ਡਿਊਟੀ ਆ ਜੀ ਉਹ ਖਤਮ ਹੋ ਗਈ ਆ ਜੀ। ਮੇਰੇ ਅਫਸਰ ਜੀ ਆਉਣ ਵਾਲੇ ਨੇ ਅਤੇ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਜੀ ਅਗਲੇ ਟੌਪਿਕ ਦੇ ਅਗਲੇ ਦਿਨ।